ਸ਼ਿਕਰਜੀ ਸਾਰਿਆਂ ਨੂੰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਵਿਭਾਗ ਵੱਲੋਂ ਆਨਲਾਈਨ ਕੁਇਜ਼ ਦੇ ਰਹੀ ਬੱਚਿਆਂ ਦਾ ਟੈਸਟ ਲਿਆ ਜਾ ਰਿਹਾ ਹੈ ਤੇ ਦੇਖਣ ਚਾਹ ਰਹੇ ਕਿ ਬੱਚੇ ਟੈਸਟ ਕਰਨ ਤੋਂ ਉਪਰੰਤ ਕਿ ਸਕਰੀਨਸ਼ਾਟ ਲੈ ਕੇ ਆਪਣੀ ਮਾਰਕਸ ਦਾ ਜਿਹੜਾ ਹੈ ਆਪਣੀ ਡਿਟੇਲ ਦਾ ਜਿਹੜਾ ਹੈ ਉਹ ਗਰੁੱਪਸ 'ਚ ਸੈਂਡ ਕਰਦੇ ਨੇ ਤੇ ਟੀਚਰਸ ਨੂੰ ਸੈਂਡ ਕਰਦੇ ਨੇ ਤੇ ਉੱਥੇ ਦੱਸਣਾ ਚਾਹੁੰਗਾ ਕਿ ਉਹਨਾਂ ਨੂੰ ਸਕਰੀਨਸ਼ਾਟ ਲੈਣ ਦੀ ਜ਼ਰੂਰਤ ਨਹੀਂ ਹੈ ਆਪਣੀ ਕੁਇਜ਼ ਦੇ ਵਿੱਚ ਲਿੰਕ ਓਪਨ ਕਰਕੇ ਜੋ ਵੀ ਡਾਟਾ ਉਹਨਾਂ ਨੇ ਭਰਿਆ ਹੈ ਆਪਣਾ ਜੋ ਵੀ ਉਹਨਾਂ ਦੇ ਮਾਰਕਸ ਨੇ ਉਹ ਸੇਵ ਹੋ ਸਕਦੇ ਨੇ ਤੇ ਉਹ ਸੇਵ ਮਾਰਕਸ ਨੂੰ ਜਿਹੜਾ ਹੈ ਉਹ ਆਪਣੇ ਅੱਗੇ ਸ਼ੇਅਰ ਕਰ ਸਕਦੇ ਨੇ ਗਰੁੱਪ ਦੇ ਵਿੱਚ ਸੈਂਡ ਕਰ ਸਕਦੇ ਨੇ ਤੇ ਉਹ ਕਿਵੇਂ ਹੋਏਗਾ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੜਾ ਤੁਹਾਨੂੰ ਲਿੰਕ ਸੈਂਡ ਕੀਤਾ ਹੋਇਆ ਉਸ ਲਿੰਕ ਤੇ ਤੁਸੀਂ ਆਪਣੀ ਕੁਇਜ਼ ਨੂੰ ਓਪਨ ਕਰਨਾ ਹੈ ਜੋਪਨ ਤੋਂ ਹੁਣ ਤੋਂ ਬਾਅਦ ਆਪਣੀ ਡਿਟੇਲ ਫਿਲ ਅਪ ਕਰਨੀ ਹੈ ਜੋ ਵੀ ਬੱਚਾ ਆਪਣੀ ਡਿਟੇਲ ਫਿਲ ਅਪ ਕਰੇਗਾ ਆਪਣੀ ਡਿਟੇਲ ਫਿਲ ਅਪ ਕਰ ਲੈਣੀ ਹੈ ਆਪਣੇ ਆਨਸਰ ਜਿਹੜੇ ਨੇ ਉਹ ਲਗਾ ਦੇਣੇ ਨੇ ਠੀਕ ਹੈ ਮੇਰੇ ਕੋਲ ਇੱਕ ਸੇਵ ਕੀਤੀ ਹੋਈ ਹੈ ਜਿਹਦੇ ਵਿੱਚੋਂ ਇੱਕ ਬੱਚੇ ਦੇ 30 ਆਊਟ ਆਫ 30 ਮਾਰਕਸ ਨੇ ਤੋਂ ਇਹਨੂੰ ਸੇਵ ਕਿਵੇਂ ਕਰਨਾ ਹੈ ਮੇਨ ਮੈਟਰ ਹੈ ਜਦੋਂ ਪੂਰੀ ਕੰਪਲੀਟ ਕਰ ਕਰਾਂਗੇ ਆਪਾਂ ਉਸ ਤੋਂ ਬਾਅਦ ਉਹਨੂੰ ਸਬਮਿਟ ਕਰ ਦੇਣਾ ਹੈ ਪੂਰੀ ਕੰਪਲੀਟ ਕਰਨ ਤੋਂ ਬਾਅਦ ਜਦੋਂ ਆਪਾਂ ਸਬਮਿਟ ਕਰਾਂਗੇ ਸਬਮਿਟ ਕਰਨ ਤੋਂ ਬਾਅਦ ਵੀਊ ਸਕੋਰ ਆਉਂਦਾ ਹੈ ਵੀਊ ਸਕੋਰ ਤੋਂ ਬਾਅਦ ਤੁਸੀਂ ਕਿਵੇਂ ਕਰਨਾ ਹੈ ਉਸ ਨੂੰ ਉੱਪਰ ਜੋ ਵੀ ਜੋ ویب سائٹ ਜਿਹੜੀ ਐਕਸੈਸ ਕੀਤੀ ਹੋਈ ਹੈ ਉਸ ਦੇ ਉੱਪਰ 3 ਡਾਟਸ ਨੇ ਉਹਨਾਂ ਦੇ ਉੱਪਰ ਜਾਣਾ ਤੇ ਉੱਪਰ ਜਾਣ ਤੋਂ ਬਾਅਦ ਉੱਪਰ ਦੇਖੋ ਸ਼ੇਅਰ ਵਾਲਾ ਇੱਕ ਜਿਹੜਾ ਹੈ ਸਾਈਨ ਆਏਗਾ ਸ਼ੇਅਰ ਵਾਲਾ ਸਾਈਨ ਆਏਗਾ ਉੱਥੇ ਤੁਸੀਂ ਜਿਹੜਾ ਹੈ WhatsApp ਤੇ ਕਿਤੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਤੁਸੀਂ ਇਹਨੂੰ ਸੈਂਡ ਕਰ ਸਕਦੇ ਹੋ ਔਰ ਸੈਂਡ ਕਰਨ ਤੋਂ ਬਾਅਦ ਉਹ ਜਿਹੜੀ ਜਿੱਥੇ ਵੀ ਤੁਸੀਂ ਸੈਂਡ ਕਰੋਗੇ ਉਹ ਜੋ ਕਾਪੀ ਜਾਏਗੀ ਉਸ ਦੀ ਉਸ ਤੇ ਸਿਰਫ ਤੇ ਸਿਰਫ ਤੁਹਾਡੀ ਡਿਟੇਲ ਹੋਏਗੀ ਉਸ ਬੱਚੇ ਦੀ ਡਿਟੇਲ ਹੋਏਗੀ ਜਿਸ ਨੇ ਉਹ ਕੁਇਜ਼ ਦੇ ਵਿੱਚ ਆਪਣਾ ਡਾਟਾ ਫਿਲਪ ਕੀਤਾ ਜਿੰਨੇ ਉਹਦੇ ਮਾਰਕਸ ਨੇ ਸਿਰਫ ਉਸ ਬੱਚੇ ਦੇ ਵਿਊ ਹੋਣਗੇ ਠੀਕ ਹੈ ਵੱਧ ਤੋਂ ਵੱਧ ਜਾਣਕਾਰੀ ਨੂੰ ਸ਼ੇਅਰ ਕਰੋ ਤਾਂ ਕਿ ਬੱਚੇ ਜੋ ਹੈ ਫੋਟੋ ਦੀ ਸਕਰੀਨਸ਼ਾਟ ਲੈਣ ਦੀ ਬਜਾਏ ਆਪਣੀ ਕੁਇਜ਼ ਦਾ ਪੂਰਾ ਡਾਟਾ ਜਿਹੜਾ ਹੈ ਉਹ ਸੇਵ ਰੱਖ ਸਕਣ ਥੈਂਕ ਯੂ ਧੰਨਵਾਦ